ਰਾਜਵਿੰਦਰ ਤੈਨੂੰ ਮੈਂ ਬੜੀ ਵਾਰ ਕਿਹਾ ਆਪਣੀ ਸ਼ਿਫਟ ਚੇਂਜ ਕਰਾ ਲਾ, ਹੁਣ ਵੇਖ ਕਿੰਨਾ ਹਨੇਰਾ ਹੋ ਗਿਆ, ਤੂੰ 2 ਦਾ ਟਾਈਮ ਆ, ਮੈਨੂੰ ਪਹਿਲਾ ਟਾਇਰ ਵੀ ਪੰਚਰ ਲੱਗੀ ਜਾਂਦਾ ਵਾ। ਤੇ ਤੁਸੀਂ ਗੱਡੀ ਠੀਕ ਕਰਾ ਕੇ ਰੱਖਿਆ ਕਰੋ ਨਾ, ਤੁਹਾਨੂੰ ਨਹੀਂ ਪਤਾ ਤੁਸੀਂ ਦੇਖ ਧਿਆਨ ਵੀ ਨਹੀਂ ਦੇਣਾ ਹੁੰਦਾ। ਯਾਰ ਗੱਡੀ ਤਾਂ ਠੀਕ ਕਰਾਈ ਆ, ਹੁਣ ਦੱਸ ਤੈਨੂੰ ਪਤਾ ਕਿਹੜੇ ਵੇਲੇ ਵਿਗੜ ਜਾਣੀ ਆ, ਗੱਡੀ 'ਚ ਕੀ ਕਿੱਲ ਵੱਜ ਗਿਆ, ਕੀ ਹੋ ਗਿਆ? ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ ਗੱਡੀ ਨੂੰ, ਤੇ ਬਾਕੀ ਹਫ਼ਤੇ 10 ਦਿਨਾਂ ਦੀ ਗੱਲ ਵਾ ਤੇ ਸ਼ਿਫਟ ਆਪ ਹੀ ਚੇਂਜ ਹੋ ਜਾਣੀ ਆ। ਇੰਨੀ ਦੇਰ ਤੈਨੂੰ ਪਤਾ ਵਾ ਲੈ ਜਾਣਾ ਆਉਣਾ ਕਿੰਨਾ ਔਖਾ ਵਾ। ਕੁਖ ਨੀ ਹੁੰਦਾ, ਹੁਣ ਤੁਹਾਨੂੰ ਪਤਾ ਡਿਊਟੀ ਆ, ਹਨੇਰੇ ਸਵੇਰੇ ਤਾਂ ਕਰਨੀ ਪੈਂਦੀ ਆ ਨਾ। ਮੈਂ ਕਿਹਾ ਟਾਇਰ ਵੇਖ ਨਾ ਲਵਾਂ ਯਾਰ, ਮੈਨੂੰ ਨਾ ਸ਼ੱਕ ਜਿਹਾ ਲੱਗਣ ਡਿਆ, ਉਹਦਾ ਪੈਂਚਰ ਜੀ ਹੋ ਗਈ ਹੁੰਦੀ ਆ। ਕੋਈ ਗੱਲ ਨਹੀਂ ਵੇਖ ਲਓ, ਮੈਂ ਇੱਕ ਵਾਰ ਉੱਤਰ ਕੇ ਮਾੜਾ ਵੇਖ ਲਾ। ਚੰਗਾ ਵੇਖ ਲਓ, ਪਰ ਧਿਆਨ ਨਾਲ ਵੇਖੋ ਹਨੇਰਾ ਵੀ ਕਿੰਨਾ ਹੋਇਆ ਪਿਆ। ਆਹੋ ਹਨੇਰਾ ਤਾਂ ਹੈਗਾ, ਨਹੀਂ ਕੋਈ ਗੱਲ ਨਹੀਂ, ਇੱਥੇ ਕਿਹੜਾ ਕੋਈ ਹੈਗਾ ਹੋਰ। ਵੇਖਾਂ ਯਾਰ ਚੰਗਾ ਪੰਗਾ ਪਿਆ ਹੀ ਆ, ਆਹ ਟਾਇਰ ਸਹੀ ਆ, ਆਹ ਪੈਂਚਰ ਆ ਮਾੜਾ। ਕੱਲੇ ਕਹਿੰਦੇ ਸ਼ੀਸ਼ਾ ਮੇਰੇ ਗੱਲ ਸੁਣ, ਟਾਇਰ ਤੋਂ ਦਾ ਹਵਾ ਘੱਟ ਆ, ਜੇ ਆਪਾਂ ਹੌਲੀ ਹੌਲੀ ਲੈ ਜਾਈਏ ਤੇ ਜਾ ਸਕਦੀ ਗੱਡੀ। ਤੇ ਫਿਰ ਲੈ ਜਾਂਦੇ ਆ ਹੌਲੀ ਹੌਲੀ, ਹਨਾ? ਮੈਂ ਤਾਂ ਕਹਿੰਦੀ ਲੈ ਜਾਓ, ਹਨੇਰਾ ਵੀ ਬੜਾ ਹੋਇਆ ਪਿਆ, ਬੜਾ ਬੜਾ ਹੋਇਆ, ਆਸੇ ਪਾਸੇ ਕੋਈ ਨਹੀਂ ਵੇਖਦਾ ਹੈਗਾ। ਸਵੇਰੇ ਕਰਾਂਗੇ। ਹੈਂ ਰਾਜਿੰਦਰ? ਹਾਂਜੀ। ਆਹ ਕੀ ਪਿਆ ਵਾ? ਕੀ ਪਿਆ ਵਾ? ਆਹ ਕਿੱਦਾਂ ਆਵਾਜ਼ ਆਉਂਦੀ ਹੂੰ ਹੂੰ ਦੀ? ਇੱਥੋਂ ਕਿਹਦੀ ਆਵਾਜ਼ ਆਉਣੀ ਆ? ਆਹ ਵੇਖ ਇਸ ਦੇ ਨੇ ਜਿੱਦਾਂ ਕੋਈ ਬੰਦਾ ਪਿਆ ਹੁੰਦਾ। ਵੇਖਣਾ ਕਿ ਛੱਡੋ ਪਰਾਂ, ਤੁਸੀਂ ਗੱਡੀ 'ਚ ਵਾਹੋ ਆਣ ਕੇ। ਮੇਰੀ ਗੱਲ ਡਰ ਤੇ ਮੈਨੂੰ ਵੀ ਲੱਗਣ ਡਿਆ ਵਾ, ਮੇਰੀ ਗੱਲ ਸੁਣ ਮਾੜਾ ਜਿਹਾ ਵੇਖ ਲਈਏ ਕਰੀ। ਛੱਡੋ ਪਰਾਂ, ਇੱਦਾਂ ਨਹੀਂ ਵੇਖਣਾ ਚਾਹੀਦਾ, ਵੇਖਾਂਗੇ ਤੇ ਆਪਣਾ ਹੀ ਨਾਂ ਲੱਗ ਜਾਣਾ, ਕਹਿਣਾ ਪਤਾ ਨਹੀਂ ਕੌਣ ਕੀ ਸੁੱਟ ਗਿਆ ਵਾ। ਪੁੱਛਦੇ ਨੇ ਕੀ ਪਤਾ ਕਿਸੇ ਦੀ ਜਾਨ ਬਚ ਜੇ, ਤੁਹਾਨੂੰ ਕੀ ਪਤਾ ਉੱਥੇ ਕੌਣ ਵਾ। ਮਾੜਾ ਵੇਖ ਲੈਂਦੇ ਆ, ਆ ਜਾ ਇੱਕ ਮਿੰਟ ਲੱਗਣਾ। ਹਾਏ ਅੱਧੀ ਰਾਤ ਕਿੱਦਾਂ ਵੇਖੀ, ਨਾ ਨਾ ਕੋਈ ਇੱਥੇ ਜੀ ਨਾ ਪਰੰਦਾ। ਉਹ ਕੋਈ ਗੱਲ ਨਹੀਂ, ਜੀ ਪਰੰਦਾ ਨਾ ਹੋਊਗਾ ਤੇ ਆਪਾਂ ਮੁੜ ਕੇ ਚੱਲ ਜਾਂਗੇ, ਇੱਥੇ ਕਿਹੜਾ ਵੇਖਣ ਡਿਆ ਨੂੰ। ਤੂੰ ਆਹ ਵੇਖੀਏ ਕੁਛ ਨਹੀਂ ਹੁੰਦਾ, ਇੱਕ ਵਾਰੀ ਕਿਸੇ ਦੀ ਜਾਨ ਬਚਾਉਣਾ, ਪਤਾ ਕਿੰਨਾ ਫੋਨ ਵਾਲਾ ਕੰਮ ਆ। ਮੁਰਿਓ ਹੋਵੋ ਫਿਰ ਤੁਸੀਂ। ਹੈਂ, ਮੈਂ ਜਾਵਾਂ ਥੱਲੇ? ਜਾਓ ਖਾਂ। ਆ ਜਾ ਰਾਜਵਿੰਦਰ, ਵੇਖੀਏ ਭਲਾ। ਮੈਨੂੰ ਤਾਂ ਡਰ ਲੱਗਣ ਦਿਆ ਵਾ। ਉਹ ਕੋਈ ਗੱਲ ਨਹੀਂ, ਡਰਨਾ ਕੁਛ ਨਹੀਂ ਹੁੰਦਾ, ਇਹ ਵੀ ਫੋਨ ਵਾਲਾ ਕੰਮ ਹੀ ਆ। ਹਾਏ ਧਿਆਨ ਨਾਲ ਵੇਖਿਓ। ਓਹੋ ਰਾਜਵਿੰਦਰ, ਵੇਖ ਕਿੱਡੀ ਸੋਹਣੀ ਕਿਸੇ ਦੀ ਧੀ ਭੈਣੀ ਹੋ, ਤੇ ਕਿਸੇ ਨੇ ਵੇਖ ਕਿੱਡਾ ਜ਼ੁਲਮ ਕੀਤਾ ਜੀ। ਉਹ ਅੰਨਾ ਵੀ ਚੈੱਕ ਕਰੇ ਦੀ ਇੱਧਰ, ਤੁਸੀਂ ਭਲਾ ਚੱਲਦੀ ਆ। ਰਾਜਵਿੰਦਰ ਵੇਖ ਭਲਾ, ਜਾਈ ਸੀਰੀਅਸ ਨਹੀਂ ਮਾੜਾ ਜਿਹਾ, ਵੇਖੀ ਸਾਹ ਚੱਲਣ ਦੇ ਸ਼ੇਰੇ। ਓਹੋ ਆ ਸਿਰ 'ਚ ਵੀ ਸੱਟ ਲਾਈ ਆ, ਵੇਖ ਲਓ ਕਿਸੇ ਦੇ ਕੰਮ, ਇਹ ਜ਼ਰੂਰੀ ਨੂੰਹ 'ਤੇ ਅੱਤਿਆਚਾਰ ਕੀਤਾ ਆ। ਮੈਨੂੰ ਇਹੋ ਸ਼ੱਕ ਪੈਂਦਾ ਵਾ। ਸ਼ੱਕ ਕੀ, ਪੂਰੀ ਗੱਲ ਹੀ ਇਹ ਆ, ਕਿਸੇ ਨੇ ਆਪਣੇ ਜਦੋਂ ਮਾਰ ਕੇ ਸੁੱਟਤਾ ਆ। ਕਿਸੇ ਨੇ ਆਪਣੇ ਨੂੰ ਮਾਰ ਕੇ ਸੁੱਟਤਾ ਵਾ, ਪਰ ਵਿਚਾਰੀ ਦੀ ਕਿਸਮਤ ਚੰਗੀ ਆ, ਬਚ ਗਈ ਆ। ਬਚ ਗਈ, ਵੇਖ ਲਓ ਰੱਬ ਦੇ ਰੰਗ, ਆਪਣੀ ਵੀ ਗੱਡੀ ਇੱਥੇ ਹੀ ਆਣ ਕੇ ਪੈਂਚਰ ਹੋਈ ਆ। ਸਹੀ ਗੱਲ ਆ, ਇੱਦਾਂ ਕਰ ਇਹਨੂੰ ਚੁੱਕੀਏ ਤੇ ਘਰ ਨੂੰ ਲੈ ਕੇ ਜਾਂਦੇ ਆ। ਆਪਣੇ ਘਰ ਲੈ ਜਾਈਏ, ਮੈਨੂੰ ਹਸਪੀਟਲ ਲੈ ਜਾਈਏ? ਨਹੀਂ ਘਰ ਲੈ ਕੇ ਜਾਂਦੇ ਨਾ, ਜਾ ਕੇ ਉੱਥੇ ਦਵਾਈ ਦਾਰੂ ਕਰਦੇ ਆ। ਆਹੋ ਦਵਾਈਆਂ ਤਾਂ ਆਪਣੇ ਕੋਲ ਪਈਆਂ ਹੀ ਆ। ਆਹੋ ਚਲੋ ਤੁਸੀਂ ਚੁੱਕੋ, ਹੈ ਨਾ? ਚੱਲ ਫਿਰ ਫੜ, ਚੱਲ ਗੱਡੀ ਦੀ ਬਾਰੀ ਖੋਲ ਕੇ ਆ, ਚੱਲ। ਪਹਿਲਾਂ ਚੁੱਕ ਲਈਏ ਨਾ, ਕੋਈ ਆ ਹੀ ਜਾਂਦਾ ਵਾ। ਦਾਦਾ ਤੇ ਬਹੁਤ ਕਿਸੇ ਨੇ ਕੰਮ ਗਲਤ ਕੀਤਾ, ਏਦਾਂ ਨਹੀਂ ਚਾਹੀਦਾ। ਕੀ ਪਤਾ ਕਿਹੜਾ ਡੱਬ ਹੋਣਾ ਵਾ। ਬੇਵਕੂਫ, ਬਾਰੀ ਖੋਲ ਸੁੱਤੀ ਕਰ, ਖੋਲ ਦੇ ਖੋਲ ਦੇ ਖੋਲ ਦੇ। ਤੂੰ ਇਹਦੀ ਲੱਤਾਂ ਅੰਦਰ ਨੂੰ ਕਰਦੀ, ਮੈਂ ਭਰੇ ਜਾ ਕੇ ਖਿੱਚਦਾ ਗਾਂ। ਚੰਗਾ ਛੇਤੀ ਕਰੋ। ਚੱਲ ਬਾਰੀ ਬੰਦ ਕਰਨੀ ਫਿਰ।
ਚਲੀਏ ਚੱਲ ਬਹਿ ਬਹਿ ਦਾ ਚਲੀਏ ਚਲੋ ਛੇਤੀ ਕਰ ਲੋ ਆਹੋ ਵਿਚਾਰੀ ਦੀ ਜਾਨ ਬਚ ਜਾਏ ਹੋਰ ਕੀ ਚਾਹੀਦਾ ਕਿ ਨਹੀਂ ਹੋਰ ਕੀ ਆ ਆਹ ਮਹਾਰਾਜ ਕਿਰਪਾ ਕਰੇ ਚਲੋ ਵਿਚਾਰੀ ਪਤਾ ਨਹੀਂ ਕਿਹਦੇ ਪੈਰਾਂ ਪਿੱਛੇ ਬਚ ਗਈ ਆ ਕਿ ਨਹੀਂ ਲੈ ਮੈਨੂੰ ਲੱਗਦਾ ਵਾ ਵੀ ਸਵੇਰੇ ਹੁਣੇ ਆ ਗਏ ਆ ਅੰਦਰ ਪਾਓ ਇਹ ਕਿੰਨੂੰ ਚੁੱਕ ਕੇ ਲਈ ਆਉਂਦੇ ਜੋ ਇਹ ਕੌਣ ਆ ਦੱਸਦੇ ਬੀਬੀ ਦੱਸਦੇ ਇੱਕ ਮਿੰਟ ਕੌਣ ਆਏ ਅਰੇ ਤੁਹਾਨੂੰ ਕਿਤੇ ਡਰ ਨਹੀਂ ਆਉਂਦਾ ਕੀ ਕਿੱਥੋਂ ਲਿਆਂਦੀ ਆ ਕੌਣ ਆ ਕੌਣ ਆਏ ਬੀਬੀ ਦੱਸਦੇ ਆ ਇੱਕ ਮਿੰਟ ਚੁੱਪ ਕਰ ਜਾ ਰਾਜਵਿੰਦਰ ਨੂੰ ਚੈੱਕ ਕਰ ਲੈਂਦੇ ਆ ਘਰੇ ਪਹਿਲਾਂ ਹੈ ਕੌਣ ਆ ਓਏ ਕਹੀਂ ਰਾਹ ਚ ਆਉਂਦੇ ਸੀ ਤੇ ਕਿਸੇ ਨੇ ਮਾਰ ਕੇ ਕੁੜੀ ਤੇ ਸੂਏ ਸੁੱਟੀ ਸੀ ਅੱਛਾ ਆਪਣੇ ਜਿੱਥੋਂ ਤੇ ਬੀਜੀ ਅਗਲਾ ਨੇ ਮਾਰ ਕੇ ਸੁੱਟੀ ਸੀ ਹਾਂ ਹੋ ਗਿਆ ਗੱਡੀ ਦਾ ਉਸੇ ਟਾਇਰ ਪੈਂਚਰ ਤੇ ਮੈਂ ਆਂਦਿਆ ਵਾ ਹਵਾ ਚੈੱਕ ਕਰਨ ਅੱਛਾ ਤੇ ਵੇਖਿਆ ਇਹਦੇ ਵਿਚਾਈ ਦੇ ਸਾਹ ਚੱਲਣ ਡੇ ਸੀ ਅੱਛਾ ਤੇ ਮੈਂ ਰਾਜਵਿੰਦਰ ਨੂੰ ਆਖਿਆ ਮੈਂ ਫੋਨ ਵਾਲਾ ਕੰਮ ਹੀ ਆ ਤੇਰੀ ਜਾਨ ਬਚਾ ਦਈਏ ਜਾਨ ਦੇ ਬਚਾ ਦਿਓ ਤੇ ਪੁੱਤ ਮੇਰੀ ਗੱਲ ਸੁਣ ਸਮੇਂ ਨਹੀਂ ਗਿਆ ਚੰਗੇ ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੋ ਬੀਬੀ ਕੋਈ ਗੱਲ ਨਹੀਂ ਜਾਨ ਬਚਾਉਣ ਵਾਲੇ ਮੇਰੀ ਗੱਲ ਅਸੀਂ ਕੌਣ ਨੇ ਹੈ ਤੇ ਰੱਬ ਗਿਆ ਹੀ ਲਵਸੀਲਾ ਕਰਤਾ ਜੇ ਨਾਮ ਇਹਨੇ ਕੀ ਪਤਾ ਵਿਚਾਰੀ ਨੇ ਠੰਡ 'ਚ ਪਈ ਪਈ ਨੇ ਮਾਰੀ ਨਹੀਂ ਜਾਣਾ ਤੇ ਡਰਨ ਵਾਲੀ ਕੋਈ ਗੱਲ ਨਹੀਂ ਕੋਈ ਅਸੀਂ ਡਾਇਰੈਕਟਰ ਰਾਜਵਿੰਦਰ ਇਹ ਕਿਹੜੀ ਓਦਾਂ ਹੀ ਆ ਵੀ ਕੋਈ ਗੱਲਬਾਤ ਲੱਗਾ ਕਰ ਦੇਣਾ ਹਾਂ ਤੇ ਗੱਲ ਠੀਕ ਵਾ ਮੈਨੂੰ ਤੇ ਡਰ ਆਉਂਦਾ ਵਾ ਨਾ ਪੁਲਿਸ ਦੇ ਚੱਕਰ ਦੇ ਉੱਤੋਂ ਤੁਸੀਂ ਟੈਨਸ਼ਨ ਨਾ ਲਓ ਬੀਜੀ ਕੁੱਖ ਨਹੀਂ ਹੁੰਦਾ ਇੱਕ ਮਿਨਾਲੇ ਮੈਂ ਇੱਕ ਡਾਕਟਰਾਂ ਨਾਲੇ ਮੇਰਾ ਫਰਜ਼ ਵੀ ਬਣਦਾ ਵਾ ਕਿ ਇਹਨੂੰ ਆਪਾਂ ਵੇਖਣਾ ਆ ਇਨਸਾਨੀਅਤ ਦੇ ਨਾਂ ਤੇ ਫਰਜ਼ ਬਣਦਾ ਵਾ ਬੰਦੇ ਦੀ ਹੈਲਪ ਕਰਨ ਦਾ ਚਲੋ ਕਰੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਚੰਗਾ ਕਰੋ ਫਿਰ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬੈਠੋ ਜਾ ਕੇ ਤੁਸੀਂ ਬੈਠੋ ਚੰਗਾ ਦਿਲ ਨਾ ਛੱਡੋ ਕੋਈ ਫਿਰ ਤੁਸੀਂ ਮੇਰੀ ਕੈਟਰੀ ਆਉਂ ਫੜਿਆ ਵਾ ਜਿੰਨਾ ਚਿਰ ਕੈਮ ਨਹੀਂ ਹੁੰਦੀ ਉਹਨਾਂ ਚਿਰ ਤੇ ਦਿਲ ਛੱਡਿਆ ਵਾ ਨਹੀਂ ਸਾਹ ਚੱਲਣ ਦੇ ਕੋਈ ਗੱਲ ਠੀਕ ਹੋਏ ਨਾ ਲੈ ਆਓ ਕਿੱਥੇ ਜਾਣਾ ਹਾਂਜੀ ਲਿਆਓ ਰਾਜਿੰਦਰ ਮੇਰੀ ਗੱਲ ਸੁਣ ਕਿੱਦਾਂ ਠੀਕ ਵੀ ਹੈਗੀ ਕੁੜੀ ਨਹੀਂ ਠੀਕ ਵਾ ਮੈਂ ਉਹਨੂੰ ਚੈੱਕ ਕੀਤਾ ਵਾ ਤੇ ਟੀਕੇ ਟੂਕੇ ਲਾਤੇ ਆ ਉਹਦੇ ਨਾਲ ਸਿਰ 'ਚ ਗੁੱਝੀ ਸੱਟ ਵੱਜੀ ਆ ਉਹਦੇ ਨਾਲ ਉਹ ਬੇਹੋਸ਼ ਹੋ ਗਈ ਆ ਉਹਦੇ ਘਰ ਦੇ ਤਾਂ ਆਪਣੇ ਜਿੱਤੋਂ ਉਹਨੂੰ ਮਾਰ ਕੇ ਹੀ ਸੁੱਟ ਗਏ ਪਰ ਉਹਦੇ ਸਾਹ ਚੱਲਦੇ ਰਹਿ ਗਏ ਕਿਸਮਤ ਚੰਗੀ ਆ ਉਹ ਨਹੀਂ ਬੀਬੀ ਹੌਸਪੀਟਲ ਲੈ ਗਏ ਤੇ ਜ਼ਿਆਦਾ ਖਲਾਰਾ ਪੈਣਾ ਛੱਡ ਪਰੇ ਰਾਜਵਿੰਦਰ ਨੇ ਉਹਦਾ ਮੈਨੂੰ ਪਤਾ ਇਲਾਜ ਕਰਤਾ ਵਾ ਮੈਨੂੰ ਤੇ ਇਹ ਡਰ ਆਉਂਦਿਆ ਵਾ ਵੀ ਹੁਣ ਹੋਸ਼ ਆ ਜੂ ਗੱਲਾਂ ਬਾਤਾਂ ਕਰ ਲੂਗੀ ਆ ਜਾਣੀ ਆ ਹੋਸ਼ ਜਿੱਦਾਂ ਤੂੰ ਕਹਿਣ ਦੀ ਸਿਰ ਤੇ ਸੱਟ ਵੱਜੀ ਆ ਕੀ ਪਤਾ ਅਗਲੀ ਨੂੰ ਕੁਛ ਇਹ ਨਾ ਹੋਵੇ ਕੋਮਾ ਜੀ ਚੱਲ ਜੇ ਨਹੀਂ ਨਹੀਂ ਏਦਾਂ ਦਾ ਕੋਈ ਖਤਰਾ ਨਹੀਂ ਹੈਗਾ ਉਹਨੂੰ ਆ ਜਾਣੀ ਹੋਸ਼ ਬਾਕੀ ਤੁਸੀਂ ਟੈਨਸ਼ਨ ਨਾ ਲਓ ਇੰਨੀ ਠੀਕ ਆ ਤੇ ਨਾਲੇ ਮੇਰੀ ਗੱਲ ਸੁਣੀ ਕਿੱਦਾਂ ਪਤਾ ਲੱਗੂਗਾ ਵੀ ਇਹ ਕਿੱਥੋਂ ਦੀ ਆ ਕਿ ਹਾਂ ਤੇ ਕੋਈ ਪਤਾ ਹੀ ਨਹੀਂ ਇਹਦੇ ਬਾਰੇ ਆਪੇ ਉਹ ਹੀ ਦੱਸੂਗੀ ਨਾ ਜਦੋਂ ਹੋਸ਼ ਆ ਜੂਗੀ ਜਦੋਂ ਹੋਸ਼ ਆ ਗਿਆ ਨਾ ਸਾਰਾ ਕੁਝ ਉਹਨੂੰ ਆਪਾਂ ਪੁੱਛ ਲਾਂਗੇ ਤਾਂ ਦੱਸੂਗੀ ਅਗਲੀ ਵੀ ਉਹਦੇ ਨਾਲ ਕੀ ਬੀਤੀ ਕੀ ਹੋਇਆ ਤਾਂ ਆਪੀ ਦਾਦੂ ਕੀ ਥਾਂ ਟਿਕਾਣਾ ਫਿਰ ਉਹਨੂੰ ਆਪਾਂ ਛੱਡ ਆਵਾਂਗੇ ਪਰ ਇਹ ਗੱਲ ਹੀ ਉਹ ਉਦਾਂ ਵੇਖ ਕਿੰਨਾ ਕਿਸੇ ਨੇ ਜ਼ੁਲਮ ਕੀਤਾ ਯਾਰ ਕੀ ਪਤਾ ਕਿੱਡਾ ਕਿਸੇ ਨੇ ਇਹਦੇ ਤੇ ਇੰਨਾ ਜ਼ੁਲਮ ਕੀਤਾ ਵਾ
ਹੈਂ ਕਿੱਡਾ ਕੋ ਪਾਪੀ ਬੰਦਾ ਹੋਊਗਾ ਤੇ ਵੇਖ ਉਹ ਮਾਰ ਕੇ ਸੁੱਟ ਗਿਆ ਆਪਣੇ ਵੱਲੋਂ ਆਪਣੀ ਧੀ ਭੈਣ ਨੂੰ ਤਾਂ ਸੁੱਟਣ ਨੂੰ ਜੀ ਕਰਦਾ ਆ ਉਹੀ ਤੇ ਗੱਲ ਆ ਮੇਰਾ ਤੇ ਵੇਖ ਕੇ ਦਿਲ ਕੰਬ ਗਿਆ ਉਹ ਤੇ ਚਲੋ ਰੱਬ ਵੱਲੋਂ ਆਪਾਂ ਲੰਘਣ ਦੇ ਹੀ ਤਾਂ ਆਪਾਂ ਵੇਖ ਲਿਆ ਉਹਨੂੰ ਤੇ ਆਪਾਂ ਨੂੰ ਪਤਾ ਲੱਗ ਗਿਆ ਬਾਈ ਚਾਂਸ ਕੋਈ ਓਦਾਂ ਦਾ ਉਪਰਾ ਬੰਦਾ ਹੁੰਦਾ ਤਾਂ ਉਹਦੇ ਨਾਲ ਕੀ ਪਤਾ ਕੀ ਬਣੀ ਜੇ ਓਦਾਂ ਨੇ ਹੱਥਾਂ 'ਚ ਚੱਲ ਜਾਂਦੀ ਸਹੀ ਗੱਲ ਆ ਅੱਜ ਕੱਲ੍ਹ ਦੁਨੀਆਂ ਦਾ ਕਿਹੜਾ ਕੋਈ ਪਤਾ ਵਾ ਵੇਖ ਲਾ ਧੀਏ ਇਹਦੇ ਨਾਲ ਕੀ ਬੀਤੀ ਹੋਊਗੀ ਕੀ ਇਹਦੇ ਮਨ ਤੇ ਇੱਕ ਗੱਲ ਵਾਪੀ ਬਣਿਆ ਹੋਊਗਾ ਬੀਬੀ ਹੁਣ ਮੇਰੀ ਗੱਲ ਸੁਣ ਹੁਣ ਕੀ ਪਤਾ ਜਿੰਨਾ ਚਿਰ ਹੋਸ਼ 'ਚ ਆ ਗਏ ਚੰਗੀ ਤਰ੍ਹਾਂ ਗੱਲਾਂ ਨਹੀਂ ਕਰਦੀ ਹੁਣ ਸਾਨੂੰ ਕੀ ਪਤਾ ਵਾ ਇਹਦਾ ਐਕਸੀਡੈਂਟ ਹੋਇਆ ਕਿ ਜਾਂ ਕਿਸੇ ਨੇ ਮਾਰੀ ਇਹ ਤਾਂ ਸਾਡੇ ਅੰਦਾਜ਼ੇ ਹੀ ਆ ਨਾ ਅੰਦਾਜ਼ੇ ਐਕਸੀਡੈਂਟ ਵਾਲਾ ਤੇ ਹਾਲ ਕੋਈ ਨਹੀਂ ਸੀ ਜਿੱਦਾਂ ਉਹਨਾਂ ਨੇ ਬੰਨ ਕੇ ਸੁੱਟਿਆ ਸੀ ਉਹਨੂੰ ਉਹ ਕੋਈ ਸੁੱਟ ਕੇ ਗਿਆ ਆ ਸੁੱਟ ਕੇ ਗਿਆ ਵਾ ਜਾਂ ਐਕਸੀਡੈਂਟ ਨਿਗਾ ਹੋਇਆ ਉਹਦਾ ਆਹੋ ਨਹੀਂ ਕੋਈ ਮਾਰ ਕੇ ਆਪਣੇ ਵੱਲੋਂ ਸੁੱਟ ਗਿਆ ਵਾ ਤੇ ਉਹ ਸਾਹ ਕੋਈ ਉਹਦਾ ਆੜਿਆ ਪਤਾ ਕੀ ਹੈ ਬੀਬੀ ਐਦਾਂ ਚਾਦਰ 'ਚ ਵਲੇਟੀ ਅੱਛਾ ਵਲੇਟ ਕੇ ਕਿਸੇ ਨੇ ਨਾ ਸੂਵੇ ਤੋਂ ਓਦਾਂ ਹੀ ਠਾਣੂ ਰੇੜਤੀ ਸੀ ਦੱਸ ਉਹ ਤਾਂ ਵਿਚਾਰੀ ਹੂੰ ਹੂੰ ਕਹਿੰਦੀ ਅਸੀਂ ਤਾਂ ਡਰ ਗਏ ਦੱਸ ਅਸੀਂ ਤਾਂ ਫਿਰ ਇੱਕਦਮ ਥੱਲੇ ਉਤਰ ਕੇ ਵੇਖਿਆ ਤੇ ਫਿਰ ਪਤਾ ਲੱਗਾ ਕਿ ਇਹ ਮੈਨੂੰ ਕਹਿੰਦੀ ਰਹਿੰਦੀ ਹੈ ਛੱਡੋ ਪਰੇ ਹਨੇਰਾ ਬੜਾ ਵਾ ਉਹ ਮੈਂ ਨਹੀਂ ਇੱਦਾਂ ਮੇਰਾ ਨਹੀਂ ਮਨ ਵੱਜਣ ਡਿਆ ਵੀ ਇੱਦਾਂ ਕੰਮ ਕਰੀਏ ਵੀ ਇਹ ਪੁੰਨ ਦਾ ਕੰਮ ਹੀ ਆ ਤਾਂ ਕੋਹ ਨੇ ਦਾ ਮੈਂ ਇਲਾਜ ਕਰ ਇਹ ਕਰੀ ਗੜੀ ਬਜਣਾ ਨਹੀਂ ਬਜਣਾ ਉਹਦੀ ਕਿਸਮਤ ਕਿ ਨਹੀਂ ਚਲੋ ਤੁਸੀਂ ਟੈਨਸ਼ਨ ਅੱਜ ਉਹੋ ਹੀ ਦੱਸੂਗੀ ਨਾ ਵੀ ਉਹਦੇ ਨਾਲ ਕੀ ਵਾ ਆਹ ਇਹ ਤਾਂ ਗੱਲ ਹੈਗੀ ਚਲ ਬੀਬੀ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਤੇ ਆਉਂਦਾ ਹੀ ਆ ਤੁਸੀਂ ਪਤਾ ਕੀ ਕਰੋ ਐਸ ਅੰਦਰ ਸੌਂ ਜਿਓ ਤੇ ਮੈਂ ਉਹਦੇ ਲਾਗੇ ਸੌਂ ਜੂਗੀ ਨਹੀਂ ਬੀਜੀ ਮੈਂ ਪੈ ਜੂੰਗੀ ਲਾਗੇ ਮੈਂ ਵੇਖ ਲੂੰਗੀ ਨਾ ਉਹਨੂੰ ਤੇ ਤੁਸੀਂ ਇੱਥੇ ਸੌਂ ਜਿਓ ਤੇ ਸ਼ੇਰਾ ਇੱਧਰ ਪੈ ਜਾਂਦਾ ਵਾ ਚਲ ਠੀਕ ਹੈ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਓ ਲੰਮੇ ਪਾਓ ਹੁਣ ਕਰਦਾ ਸੌਂ ਜਿਓ ਵੀ ਬੇਫਿਕਰ ਹੋ ਚੰਗਾ ਬੇਫਿਕਰ ਕਿੱਥੇ ਜਿੰਨਾ ਚਿਰ ਉਹ ਕੁੰਦੀ ਨਹੀਂਗੀ ਉਹਨਾਂ ਚਿਰ ਬੇਫਿਕਰ ਕਿੱਥੇ ਹੋਇਆ ਜਾਂਦਾ ਵਾ ਬੋਲੂਗੀ ਫਿਰ ਹੀ ਬੇਫਿਕਰਿਆਂ ਵਾਲਾ ਕੰਮ ਹੋਊਗਾ ਨਾ ਅਜੇ ਤੇ ਬੜਾ ਫਿਕਰ ਵਾ ਵਿਵਕੀ ਉੱਠ ਤਾਂ ਤੈਨੂੰ ਕਿੱਡੀਆਂ ਕੁ ਨੀਂਦਾਂ ਚੜੀਆਂ ਆ ਮੈਨੂੰ ਤਾਂ ਕਦੇ ਇੱਕ ਮਿੰਟ ਨੀਂਦ ਨਹੀਂ ਆਈ ਹੈਗੀ ਤੈਨੂੰ ਪਤਾ ਨਹੀਂ ਲੱਗਦਾ ਵੀ ਕਿੱਡਾ ਵੱਡਾ ਅਸੀਂ ਕੰਮ ਕੀਤਾ ਆ ਤੇ ਕਿਸੇ ਪਾਸੇ ਗੱਲ ਨੂੰ ਲਾਉਣਾ ਨੀਗਾ ਹੁਣ ਕਿਹੜੀ ਗੱਲ ਰਹਿ ਗਈ ਪਾਸੇ ਲਾਉਣ ਵਾਲੀ 5 ਵਜੇ ਆ ਹਨੇਰੇ ਕੀ ਕਰ ਦੇਣਾ ਜੇ ਸੌਂ ਜਾਓ ਆਰਾਮ ਨਾਲ ਵੀ ਤੈਨੂੰ 5 ਦੀ ਪਈ ਆ ਉੱਠ ਤਾਂ ਉੱਠ ਕੇ ਉਹਦੇ ਪੇਕੇ ਚੱਲੀਏ ਪੇਕੇ ਜਾ ਕੇ ਤੇ ਉਹਨਾਂ ਨੂੰ ਦੱਸ ਆਈਏ ਵੀ ਇਹ ਵੀ ਬੜਾ ਫਿਕਰ ਕਰਨ ਡੇ ਉਹਨਾਂ ਨੂੰ ਪਤਾ ਹੋਊਗਾ ਉਹ ਮੰਮੀ ਬਹਿ ਜਾਓ ਆਰਾਮ ਨਾਲ ਸਾਰੀ ਰਾਤ ਨੂੰ ਟਿਕਾਣੇ ਲਾਉਣ ਦੇ ਚੱਕਰ ਵਿੱਚ ਕਿਤੇ ਚੈਨ ਨਹੀਂ ਕੀਤਾ ਹੈਗਾ ਹੁਣ ਤਾਂ ਘੜੀ ਸੌਣਾ ਵਾ ਅੱਜ ਆਰਾਮ ਕਰੋ ਘਰ ਕੱਲ੍ਹ ਨੂੰ ਜਾਵਾਂਗੇ ਅਸੀਂ ਜੀ ਆਰਾਮ ਕਰ ਲਈਏ ਆਰਾਮ ਕਰਨ ਦੇ ਚੱਕਰਾਂ ਦੇ ਵਿੱਚ ਨਾ ਜੇ ਕਿ ਪੁਲਿਸ ਨੂੰ ਪਤਾ ਲੱਗ ਗਿਆ ਤੇਰਾ ਤਾਂ ਰਮਾਨ ਕੱਢ ਦੇਣਗੇ ਉਹ ਚੰਗੀ ਤਰ੍ਹਾਂ ਹੀ ਉਹ ਮੰਮੀ ਹੱਦ ਕਾਂਡੇ ਜੇ ਤੁਸੀਂ ਪੁਲਿਸ ਨੂੰ ਕਿੱਦਾਂ ਪਤਾ ਲੱਗ ਜੂਗਾ ਐਡੀ ਛੇਤੀ ਹਾਇਆ ਪੁਲਿਸ ਨੂੰ ਪੁਲਿਸ ਤਾਂ ਖੋਜ ਕੱਢ ਲੈਂਦੀ ਬੜੀ ਬੜੀ ਉਹਨੂੰ ਨਹਿਰ ਦੇ ਵਿੱਚ ਸੁੱਟਿਆ ਉੱਥੇ ਕਿਤੇ ਪਾਣੀ ਜਿਹੜੀ ਉਹ ਰੁੜ ਗਈ ਹੈ ਤਾਂ ਉਹ ਤਾਂ ਪਤਾ ਨਹੀਂ ਲੱਗਣਾ ਹੈਗਾ ਸੌ ਕੱਪੜਾ ਲੀੜਾ ਸਾਰੀ ਚੀਜ਼ਾਂ ਦੀ ਪਛਾਣ ਕੱਢ ਕੇ ਲੈਂਦੇ ਯਾਰ ਕੋਈ ਤੂੰ ਤਾਂ ਅਜੇ ਨਿਆਣਾ ਆ ਮੈਂ ਤਾਂ ਅੱਧ ਬੁੱਢ ਹੋਈ ਹਾਂ ਮੈਨੂੰ ਸਭ ਪਤਾ ਸਾਰੇ ਚੱਕਰਾਂ ਦਾ ਹੀ ਉਹ ਠੀਕ ਆ ਬਾਬਾ ਦੱਸੋ ਫਿਰ ਕੀ ਕਰਨਾ ਕੀ ਕਹਾਂਗੇ ਉੱਥੇ ਜਾ ਕੇ ਉਹਨਾਂ ਨੂੰ ਕਹਾਂਗੇ ਕੁਛ ਨਾ ਕੁਛ ਕਰੀਏ ਨਾ ਇੱਦਾਂ ਕਹਾਂਗੇ ਵੀ ਅਸੀਂ ਤਾਂ ਲੱਭਣ ਡਏ ਹਾਂ ਲੱਭਣ ਨਹੀਂ ਡਈ ਅਸੀਂ ਤਾਂ ਤੁਹਾਡੇ ਕੋਲ ਵੀ ਇਸੇ ਕਰਕੇ ਆਏ ਹਾਂ ਵੀ ਤੁਹਾਡੇ ਕੋਲ ਨਾ ਆ ਗਈ ਹੋਏ ਇੱਦਾਂ ਕਰਕੇ ਚੱਕਰ ਜਿਹਾ ਬਣਾ ਕੇ ਅਤੇ ਗੱਲਬਾਤ ਕਰੀਏ ਜਾ ਕੇ ਤੇਰਾ ਦਿਮਾਗ ਹੈ ਨੀਗਾ ਕੰਮ ਤਾਂ ਤੂੰ ਕਰ ਲਿਆ ਪਰ ਦਿਮਾਗ ਹੈ ਨਹੀਂ ਤੇਰਾ ਚਲੋ ਠੀਕ ਆ ਬਾਬਾ ਕੁਛ ਤੂੰ ਸੋਚ ਕੁਛ ਮੈਂ ਸੋਚਣੀ ਹੈ ਤੂੰ ਉੱਥੇ ਜਾ ਕੇ ਅਤੇ ਗੱਲ ਰਲਾ ਕੇ ਨਾਟਕ ਕਰ ਲਈਏ ਚੱਲ ਠੀਕ ਆ ਬਾਬਾ ਜਿੱਦਾਂ ਤੁਸੀਂ ਕਹਿੰਦੇ ਜੀ ਉੱਦਾਂ ਹੀ ਕਰ ਲੈਂਦੇ ਹਾਂ ਕਰਨਾ ਪੈਣਾ ਕਰਨਾ ਕੀ ਆ ਉੱਠ ਤਾਂ ਉੱਠ ਉੱਠ ਕੱਪੜੇ ਲੀੜੇ ਪਾ ਚਾਹ ਤਾਂ ਬਣਾਓ ਘੁੱਟ ਫਿਰ ਚਾਹ ਪੀ ਕੇ ਨਿਕਲ ਜਾਂਦੇ ਚਾਹ ਮੈਂ ਬਣਾਉਂਦੀ ਹਾਂ ਉੱਦਾਂ ਮੰਮੀ ਗੱਲ ਤਾਂ ਵਾਕਿਆ ਤੁਹਾਡੀ ਵੀ ਸਹੀ ਆ
ਜੇ ਆਪਾਂ ਅੱਜ ਨਾ ਦੱਸੀਏ ਉਹਨਾਂ ਨੂੰ ਸ਼ਾਮਾਂ ਤੱਕ, ਰੱਬ ਨਾ ਕਰੇ ਉਹਨਾਂ ਤੱਕ ਖਬਰ ਪਹੁੰਚ ਜੇ, ਫਿਰ ਤਾਂ ਆਪਾਂ ਉੱਦਾਂ ਹੀ ਫਸ ਜਾਣਾ ਕਿ ਇਸੇ ਕਰਕੇ ਤਾਂ ਮੈਂ ਕਹਿਣ ਡਈ ਹਾਂ ਵੀ ਜੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਨਾ ਤਾਂ ਉਹਨਾਂ ਨੇ ਕਹਿੰਦੇ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਅਤੇ ਇਹਨਾਂ ਨੇ। ਮੇਰੀ ਗੱਲ ਸੁਣੋ, ਮੰਮੀ ਉਹਦੀ ਨੂੰ ਤਾਂ ਯਕੀਨ ਦਵਾ ਹੀ ਦਿੱਤਾ ਇਹਦਾ ਦਿਮਾਗ ਜਿਹੜਾ ਕੰਮ ਨਹੀਂ ਕਰਨ ਡਿਆ, ਫਿਰ ਇਹੋ ਗੱਲ ਹੀ ਰੱਖੀਏ ਕਿ ਰਾਤ ਦੀ ਘਰੋਂ ਨਿਕਲ ਗਈ ਆ, ਅਸੀਂ ਸਾਰੀ ਰਾਤ ਹੀ ਲੱਭਦੇ ਰਹੇ ਹਾਂ, ਮੂੰਹ ਦੇ ਉੱਤੇ ਉੱਦਾਂ ਹੀ ਦਿਖਣ ਤਾਂ ਡਈ ਆ ਥਕਾਵਟ ਸਾਡੇ ਕੇ, ਆਪਾਂ ਸੁੱਤੇ ਨਹੀਂ ਹੈਗੇ। ਤਾਂ ਮੇਰੀ ਗੱਲ ਸੁਣੋ, ਆਹ ਜਿਹੜਾ ਨਾਟਕ ਆ ਨਾ ਇਹ ਸਾਨੂੰ ਚੰਗਾ ਵਧੀਆ ਤਰੀਕੇ ਨਾਲ ਕਰਨਾ ਪੈਣਾ, ਜੇ ਅਸੀਂ ਅੱਜ ਪਾਸ ਹੋ ਗਏ ਇਸ ਨਾਟਕ ਵਿੱਚੋਂ ਸਮਝ ਲਓ ਸਾਨੂੰ ਇਹ ਕੇਸ ਦੇ ਵਿੱਚ ਕੋਈ ਫਸਾ ਹੀ ਨਹੀਂ ਸਕਦਾ, ਉਹ ਲੱਭੇ ਚਾਹੇ ਨਾ ਲੱਭੇ ਬਾਅਦ 'ਚ ਜਦੋਂ ਨੂੰ ਕਿਤੇ ਲੱਭਣੀ ਲੱਭਣੀ ਆ ਉਦੋਂ ਨੂੰ ਤਾਂ ਮੈਂ ਡਾਰੀ ਮਾਰ ਜਾਣੀ ਆ ਨਵਾਂ ਪਾਸਵਰਡ ਬਣਾ ਕੇ। ਪਰ ਮੰਮੀ ਉਹਨੇ ਵੀ ਚੰਗਾ ਨਹੀਂ ਕੀਤਾ ਮੇਰਾ ਪਾਸਵਰਡ ਸਾੜ ਕੇ, ਕੀਤਾ ਤਾਂ ਨਹੀਂ ਚੰਗਾ ਪਰ ਇੱਥੋਂ ਤੱਕ ਨਹੀਂ ਪਹੁੰਚੀ ਦਾ ਵੀ ਕਿਸੇ ਨੂੰ ਮਾਰ ਹੀ ਦਿਓ, ਥਾਂ ਹੀ ਮਾਰ ਦਿਓ। ਮੈਂ ਕਿਹੜਾ ਜਾਨੋਂ ਮਾਰਿਆ ਸੀ ਉਹਨੂੰ, ਦੱਸ ਮੈਂ ਤਾਂ ਇੱਦਾਂ ਮਾਰਤੀ, ਮੈਨੂੰ ਥੋੜ੍ਹੀ ਪਤਾ ਸੀਗਾ ਕੋਈ ਉਹਦੇ ਪ੍ਰਾਣ ਹੀ ਨਿਕਲ ਜਾਣੇ ਆ, ਹੁੰਦਾ ਕੀ ਹੈ ਬੰਦੇ 'ਚ ਅੱਜ ਕੱਲ੍ਹ। ਨਾਲੇ ਮੇਰੀ ਗੱਲ ਸੁਣੋ, ਉੱਧਰੋਂ ਹੋ ਗਿਆ ਕੇ ਤਾਂ ਡੈਡੀ ਨੂੰ ਵੀ ਫੋਨ ਕਰਕੇ ਪਹਿਲਾਂ ਦੱਸ ਦਿਓ, ਨਹੀਂ ਤਾਂ ਡੈਡੀ ਨੇ ਤਾਂ ਉੱਦਾਂ ਸਾਡੇ ਦੁਆਲੇ ਹੋ ਹੀ ਜਾਣਾ। ਮੈਂ ਕਿਹੜੇ ਮੂੰਹ ਨਾਲ ਦੱਸਾਂਗੀ ਵੀ ਆਹ ਕੰਮ ਹੋ ਗਿਆ। ਤੁਸੀਂ ਇਹ ਥੋੜ੍ਹੀ ਦੱਸਣਾ ਵਾ ਵੀ ਵਿੱਕੀ ਨੇ ਡਾਂਗ ਮਾਰੀ ਆ, ਤੁਸੀਂ ਇਹੋ ਹੀ ਦੱਸ ਦਿਓ ਵੀ ਉਹ ਘਰੋਂ ਇੱਦਾਂ ਚੱਲ ਗਈ ਵਿੱਕੀ ਦੇ ਨਾਲ ਲੜ ਕੇ। ਡੈਡੀ ਨੂੰ ਤਾਂ ਆਪਾਂ ਇਹ ਗੇਮ ਜੋ ਉਹਨਾਂ ਨੂੰ ਦੱਸਣਾ ਨਾ ਉਹੀ ਉਹਨਾਂ ਨੂੰ ਦੱਸਣਾ। ਵਾਹ ਠੀਕ ਆ, ਇੱਕੋ ਗੱਲ ਰੱਖਣੀ ਹੈ ਫਿਰ। ਚੱਲ ਠੀਕ ਆ, ਤੁਸੀਂ ਕੱਪੜੇ ਚੇਂਜ ਕਰਨੇ ਤਾਂ ਕਰ ਲਓ। ਕਰ ਲੈਂਦੀ ਮੈਂ। ਨਿਸ਼ਾਨ ਆ ਜਾ, ਗੋਰੇ ਦੀ ਚਾਹ ਵੀ ਲੈ ਜਾ ਤੇ ਆਪਣੀ ਵੀ। ਇੰਨਾ ਕੰਮ ਨਿਆਣੇ ਕਿਤੇ ਸਵੇਰੇ ਸਵੇਰੇ ਉੱਠਣ ਦਾ ਨਾਂ ਨਹੀਂ ਲੈਂਦੇ। ਮੰਮੀ ਤੁਸੀਂ ਸਵੇਰੇ ਸਵੇਰੇ ਨਵਾਂ ਸੂਟ ਪਾ ਲਿਆ ਵਾ। ਮੈਂ ਗੁਰਦੁਆਰੇ ਗਈ ਸੀ ਸਵੇਰੇ ਤੇ ਮੈਂ ਚੱਲ ਪਾ ਹੀ ਲੈਂਦੀ, ਮੁੜ ਕੇ ਕੰਮ 'ਚ ਦਿਨੇ ਟਾਈਮ ਨਹੀਂ ਲੱਗਣਾ, ਇੰਨਾ ਘਰ ਦੇ ਵਿੱਚ ਕੰਮ ਵਾ, ਕਿੰਨੀਆਂ ਜਾਣੀਆਂ ਸਹੇਲੀਆਂ ਭੈਣਾਂ ਤੇਰੀਆਂ ਆਉਣੀਆਂ ਵਾ, ਤੈਨੂੰ ਨਹੀਂ ਪਤਾ ਸਵੇਰ ਤੇ ਉੱਠ ਕੇ ਸਫਾਈ ਸਫੂਈ ਕਰਨਾ, ਕਿੱਥੇ ਦਿਨ ਚੜ੍ਹ ਕੇ ਆ ਗਿਆ ਵਾ। ਚੱਲ ਵਧੀਆ ਕੀਤਾ ਵਾ। ਮੰਮੀ ਅੱਜ ਮੈਨੂੰ ਚੂੜੀਆਂ ਨਾਲੋਂ ਜ਼ਿਆਦਾ ਚਾਅ ਵਾ ਪ੍ਰੀਤ ਦੀਦੀ ਦਾ ਕਿ ਉਹਨਾਂ ਨੇ ਆਉਣਾ ਵਾ, ਬੜੀ ਖੁਸ਼ੀ ਆ ਮੈਨੂੰ। ਪਰ ਉਹਨਾਂ ਨੂੰ ਪਹਿਲਾਂ ਚਾਹੀਦਾ ਸੀ ਨਾ ਕਿ ਮੈਂ ਸ਼ੋਪਿੰਗ ਵੀ ਕਰਨੀ ਸੀ ਸੂਟਾਂ ਦੀ, ਉਹ ਤਾਂ ਵੀ ਨਹੀਂ ਆਏ ਹੈਗੇ ਅਤੇ ਹੁਣ ਹੀ ਚਾਰ ਦਿਨ ਪਹਿਲਾਂ ਆ ਜਾਂਦੇ। ਚੱਲ ਕੋਈ ਨਾ, ਆਊਗੀ ਤਾਂ ਆਪੇ ਗੱਲ ਕਰ ਲਈ, ਮੇਰਾ ਨਾ ਸਿਰ ਖਾਈ ਜਾ। ਲਾਇਆ ਸੀ 2-3 ਵਾਰੀ ਫੋਨ, ਉਹ ਕਿਤੇ ਚੁੱਕਦੇ ਨੇ, ਜਾਂ ਬੰਦ ਹੁੰਦਾ ਵਾ ਅਤੇ ਜਾਂ ਚੁੱਕਣਾ ਨਹੀਂ ਹੁੰਦਾ। ਚੱਲ ਕੋਈ ਗੱਲ ਨਹੀਂ, ਆ ਜਾਣਗੇ। ਆ ਲਾ ਉਹਨੂੰ ਵੀ ਚਾਹ ਦੇ ਦੇ ਅਤੇ ਆਪਣੀ ਵੀ ਲੈ ਜਾ, ਅਤੇ ਨਾਲੇ ਇਹਨੂੰ ਕਹਿ ਉੱਠ ਕੇ ਕੋਈ ਕੰਮ ਧੰਦਾ ਕਰ ਲਾ, ਛੱਡ ਦੇ ਬਿਸਤਰਾ ਉਹਨੂੰ। ਠੀਕ। ਵੇਖ ਸਵੇਰੇ ਉੱਠਦੇ ਹੀ ਫੋਨ ਫੜ ਲਿਆ ਵਾ, ਮੂੰਹ ਤੇ ਧੋਣਾ ਨਹੀਂ ਹੁੰਦਾ, ਬੁਰਸ਼ ਹੀ ਕਰ ਲੈਣਾ ਸੀ। ਮੈਂ ਡਬਲ ਤਾਂ ਨਹੀਂ ਉੱਤੇ ਹੁਣ ਕਰਦੀ। ਆਹੋ ਉਦਾਂ ਦਾ ਹੀ ਰੰਗ ਤੇ ਉਦਾਂ ਦਾ ਹੀ ਮੂੰਹ ਬਣਾਇਆ ਵਾ। ਫੋਨ 'ਚ ਕੀ ਵੇਖਣ ਦਿਆ ਸਵੇਰੇ ਸਵੇਰੇ? ਕੁਛ ਨਹੀਂ, ਮੈਂ ਜੋ ਮਰਦੀ ਵੇਖਾਂ। ਇਹੀ ਕੰਮ ਆ ਤੈਨੂੰ, ਹੋਰ ਕੀ ਆ, ਉੱਠ ਜਾ ਕੋਈ ਕੰਮ ਕਰ ਲਾ ਵੀ। ਤੇ ਮੈਂ ਹੀ ਕਰਨੇ ਆ, ਮੈਨੂੰ ਪਤਾ ਵਾ, ਐਵੇਂ ਨਾ ਸਵੇਰੇ ਸਵੇਰੇ ਲੜਾਈ ਦਾ ਮਾਹੌਲ ਬਣਾਈ ਜਾ। ਪੀਲਾ ਪੀਲਾ ਡੁੱਲ ਜੇ ਨਹੀਂ ਹੁਣ, ਫੋਨ 'ਤੇ ਨਾ ਡੁੱਲ ਜੇ, ਬੈਠਾ ਰਹੇਗਾ ਫਿਰ। ਓਹੋ ਭਿੱਜ ਗਏ ਸਾਰੇ, ਇੱਕ ਤਾਂ ਸੈਰ ਕਰਨ ਚਲ ਗਿਆ ਅੱਜ ਦੂਰ, ਅਤੇ ਉੱਤੋਂ ਮੀਂਹ ਆ ਗਿਆ। ਉਹ ਭਗਵਾਨੇ ਲੈ ਆ ਚਾਹ, ਮੈਂ ਤਾਂ ਭਿੱਜ ਗਿਆ ਸੈਰ ਕਰਦਾ ਕਰਦਾ, ਲੈ ਆ ਘੁੱਟ ਚਾਹ। ਚਾਹ ਪੀ ਲਓ, ਚਾਹ ਪੀ ਕੇ ਨਾ ਅਤੇ ਮੈਂ ਲਿਸਟ ਬਣਾਈ ਆ ਅਤੇ ਜਾ ਕੇ ਬਾਜ਼ਾਰੋਂ ਥੋੜ੍ਹਾ ਜਿਹਾ ਸਮਾਨ ਲੈ ਆਓ। ਉਹ ਸਮਾਨ ਕੀ ਕਰਨਾ ਵਾ? ਲੈ ਕੁੜੀ ਨੂੰ ਚੂੜੀਆਂ ਪੈਣੀਆਂ ਵਾ, ਉਹਦੀਆਂ ਸਹੇਲੀਆਂ ਭੈਣਾਂ ਨੇ ਆਉਣਾ ਵਾ, ਮੂੰਹ ਤਾਂ ਮਿੱਠਾ ਕਰਾਵਾਂਗੇ ਨਾ। ਯਾਰ ਪਕੌੜੇ ਪਕਾੜੇ ਕੱਢ ਲਓ,
ਆ ਵਾਧੂ ਪਾਲਕ ਵਾ ਘਰ ਹਰ ਚੀਜ਼ ਵਾ ਲੈ ਹੱਦ ਹੋਈ ਤੁਹਾਡੇ ਦੋ ਚਾਰ ਆਉਣੀਆਂ ਕਿੰਨੀਆਂ ਆਉਣਗੀਆਂ ਸਹੇਲੀਆਂ ਆਖਰ ਮੇਰੇ ਜਵਾਈ ਭਾਈ ਨੇ ਵੀ ਆਉਣਾ ਵਾ ਪ੍ਰੀਤ ਹੋਣਾ ਵੀ ਆਉਣਾ ਵਾ ਅੱਛਾ ਠੀਕ ਸਮਾਨ ਲੈ ਆਓ ਤੇ ਨਾਲ ਥੋੜੇ ਕੱਪੜੇ ਵੀ ਚੇਂਜ ਕਰ ਲਿਓ ਚੱਲ ਠੀਕ ਆ ਠੀਕ ਆ ਤੇ ਉਹ ਗੌਰਵ ਉੱਠਿਆ ਉੱਠ ਜਾਂਦਾ ਵਾ ਚੱਲ ਦਿੱਤੀ ਹੈ ਚਾਹ ਪੀਣ ਦਿਆ ਵਾ ਠੀਕ ਆ ਆ ਲਓ ਪਰਚੀ ਤੇ ਟਾਈਮ ਨਾ ਆ ਜਾਓ ਹੈਂ ਵਿੱਕੀ ਦੇ ਪ੍ਰੀਤ ਦੀ ਸੱਸ ਇਕੱਲੇ ਤੁਰੇ ਹੁੰਦੇ ਨਾਲੇ ਤਿਆਰ ਵੀ ਨਹੀਂ ਹੋਏ ਘਰ ਵਾਲੇ ਕੱਪੜੇ ਪਾਏ ਤੇ ਪ੍ਰੀਤੀ ਤੋਂ ਨਹੀਂ ਆਈ ਨਾਲ ਸੌਖ ਹੋਵੇ ਸਹੀ ਵਿੱਕੀ ਮੈਨੂੰ ਘਬਰਾਹਟ ਹੋਣ ਡਈ ਮੈਨੂੰ ਦੱਸ ਪ੍ਰੀਤ ਠੀਕ ਵੀ ਹੈਗੀ ਆ ਮੰਮੀ ਸਾਨੂੰ ਤੇ ਆਪ ਨੀ ਪਤਾ ਪ੍ਰੀਤ ਠੀਕ ਹੈਗੀ ਆ ਕਿ ਜਾਂ ਨਹੀਂ ਹੈ ਕੀ ਮਤਲਬ ਤੇਰਾ ਮੰਮੀ ਪ੍ਰੀਤ ਰਾਤ ਦੀ ਘਰ ਹੀ ਨਹੀਂ ਹੈਗੀ ਪਤਾ ਨਹੀਂ ਕਿੱਥੇ ਚਲ ਗਈ ਆ ਉਹ ਭਾਜੀ ਜੇ ਤੁਸੀਂ ਸਾਡੇ ਨਾਲ ਮਜ਼ਾਕ ਕਰਨ ਲੈਣਾ ਤੇ ਰੱਬ ਦਾ ਵਾਸਤਾ ਇਹੋ ਜਿਹਾ ਮਜ਼ਾਕ ਨਾ ਕਰੋ ਸੱਚ ਦੱਸ ਦੂ ਵੀ ਤੁਹਾਡੀ ਜਾਨ ਤੇ ਬਣੀ ਆ ਆਹੋ ਪੁੱਤ ਤੁਹਾਡੇ ਨਾਲ ਇਹੋ ਜਿਹੀ ਗੱਲ ਦਾ ਮਜ਼ਾਕ ਥੋੜਾ ਕਰਨਾ ਸੀਗਾ ਅਸੀਂ ਤੇ ਸਾਰੀ ਰਾਤ ਬੀਬਤਾਂ ਨੂੰ ਫੜੇ ਰਹੇ ਆ ਹਾਰ ਕੇ ਇੱਧਰ ਨੂੰ ਆਏ ਆ ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਹੋ ਭੈਣ ਜੀ ਸੱਚ ਮੁੱਚ ਤੁਹਾਨੂੰ ਦੱਸਣ ਡਏ ਆ ਅਸੀਂ ਤੇ ਕਿਤੇ ਲੱਭ ਲੱਭ ਖੱਪ ਗਏ ਆ ਪਤਾ ਨਹੀਂ ਪੁੱਛ ਵੀ ਕਿਹਨੂੰ ਵੀ ਕਿਹੜਾ ਕਿਹੜਾ ਥਾਂ ਜਿਹੜਾ ਅਸੀਂ ਨਹੀਂ ਛੱਡਿਆ ਹੈਗਾ ਪਰ ਤੁਸੀਂ ਸਾਨੂੰ ਫੋਨ ਤੇ ਕਰਦੇ ਸੀ ਉਸੇ ਟਾਈਮ ਤੁਹਾਡੇ ਕੋਲ ਆ ਜਾਣਾ ਸੀ ਤੁਹਾਡੇ ਲਾਗੋਂ ਉੱਠ ਕੇ ਚਲ ਗਈ ਆ ਤੇ ਤੁਸੀਂ ਆਂਦੇ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਗਈ ਆ ਤੁਸੀਂ ਰਾਤ ਹੀ ਦੱਸਦੇ ਸਾਨੂੰ ਬੰਦੇ ਦੀ ਅੱਖ ਤੇ ਲੱਗ ਹੀ ਜਾਂਦੀ ਆ ਨਾ ਮੰਮੀ ਕੀ ਦੱਸਦੇ ਰਾਤ ਤੁਹਾਨੂੰ ਅਸੀਂ ਤਾਂ ਸੋਚਿਆ ਕਿ ਤੁਹਾਨੂੰ ਕੀ ਪੌਂਚਲਾ ਵਿੱਚ ਪਾਉਣਾ ਆ ਆ ਰਾਤ ਮੰਮੀ ਨੂੰ ਚੇਤਾ ਭੁੱਲ ਗਿਆ ਜਿੰਦਾ ਮਾਰਨ ਦਾ ਅਸੀਂ ਤੇ ਜਿੰਦਾ ਮਾਰੀਦਾ ਆ ਅੰਦਰ ਗੇਟ ਨੂੰ ਹਾਏ ਮੇਰੀ ਧੀ ਕਿੱਥੇ ਹੋਊਗੀ ਮੰਮੀ ਹਾਏ ਮੈਨੂੰ ਕੋਈ ਹੋ ਜਾਣਾ ਜੀ ਭਾਈ ਤੁਸੀਂ ਸਾਨੂੰ ਫੋਨ ਤੇ ਕਰਦੇ ਅਸੀਂ ਆ ਜਾਣਾ ਸੀ ਆ ਕਿਹੜੀ ਗੱਲ ਹੋਈ ਵੀ ਤੁਹਾਨੂੰ ਭੌਂਚਲਾਂ 'ਚ ਪਾਉਣ ਨੂੰ ਫੋਨ ਨਹੀਂ ਕੀਤਾ ਨਾਲੇ ਇਹ ਕਿਹੜੀ ਨਾ ਦੱਸਣ ਵਾਲੀ ਗੱਲ ਸੀ ਅਸੀਂ ਰਾਤ ਹੀ ਸਾਰਾ ਟੱਬਰ ਪਹੁੰਚਦੇ ਹਾਏ ਮੇਰੀ ਧੀ ਕਿੱਥੇ ਤੱਕ ਖਾਂਦੀ ਹੋਊਗੀ ਅਸੀਂ ਵੀ ਤਾਂ ਲੱਭਦੇ ਰਹੇ ਲਾਗੇ ਲਾਗੇ ਜਦੋਂ ਨੂੰ ਤੁਸੀਂ ਇੱਥੋਂ ਜਾਣਾ ਸੀ ਅਸੀਂ ਉੱਥੇ ਸਾਰੇ ਫਿਰ ਲਿਆ ਸਾਨੂੰ ਤਾਂ ਕਿਤੇ ਲੱਭੀ ਨਹੀਂ ਮੈਨੂੰ ਤਾਂ ਹੋਰ ਹੀ ਸ਼ੱਕ ਪੈਣ ਡਿਆ ਜਿੱਦਾਂ ਕਹਿੰਦੇ ਨਾ ਕਿਡਨੈਪ ਹੀ ਨਾ ਕਰ ਲਈ ਹੋਵੇ ਗੱਲ ਵਿੱਚ ਚੈਨੀ ਵੀ ਪਾਈ ਸੀ ਹਾਏ ਵੀ ਕੀ ਇੱਦਾਂ ਦੀਆਂ ਗੱਲਾਂ ਨਾ ਕਰ ਮੰਮੀ ਤੁਸੀਂ ਤਾਂ ਕਹਿਣ ਡੇ ਇੱਦਾਂ ਦੀਆਂ ਗੱਲਾਂ ਨਾ ਕਰ ਪਰ ਤੁਹਾਨੂੰ ਤਾਂ ਪਤਾ ਹੀ ਅੱਜ ਕੱਲ ਮਾਹੌਲ ਕਿੰਨਾ ਖਰਾਬ ਆ ਨਾਲੇ ਪ੍ਰੀਤ ਦਾ ਤੁਹਾਨੂੰ ਤਾਂ ਪਤਾ ਹੀ ਆ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ ਜੋ ਮੂੰਹ ਚ ਆਉਂਦਾ ਤੁਹਾਡੇ ਸਾਹਮਣੇ ਉਹਨੂੰ ਬੋਲੀ ਜਾਣ ਡੀ ਸੀ ਨਾ ਉਹ ਦਿਮਾਗੀ ਹਾਲਤ ਠੀਕ ਨਹੀਂ ਉਹ ਮੈਨੂੰ ਵੀ ਕੋਈ ਦੱਸੂਗਾ ਵੀ ਕੀ ਗੱਲ ਸੀ ਉਹ ਜਿੱਦਣ ਗਏ ਹਨਾ ਥੋੜੀ ਜਿਹੀ ਠੀਕ ਨਹੀਂ ਮੈਂ ਚੱਲ ਕੀ ਤੁਹਾਨੂੰ ਦੁੱਖ ਦੇਣਾ ਵਾ ਇਹ ਦਵਾਈ ਦਵਾਉਣ ਡੇ ਸੀ ਚੰਗੇ ਡਾਕਟਰਾਂ ਕੋ ਮੈਂ ਆਪੇ ਠੀਕ ਹੋ ਜਾਣੀ ਮੈਨੂੰ ਕੀ ਪਤਾ ਸੀ ਚੁੱਪ ਕਰੋ ਵੀ ਓ ਇੱਡੀ ਵੱਡੀ ਗੱਲ ਤੂੰ ਮੇਰੇ ਤੋਂ ਛੁਪਾ ਲਈ ਮੈਨੂੰ ਦੱਸਿਆ ਨਹੀਂ ਆਖੇ ਤੂੰ ਤਾਂ ਮੈਨੂੰ ਮਾਰਾ ਜਿਹਾ ਕਿਹਾ ਸੀ ਵੀ ਕੁੜੀ ਮਾੜੀ ਜੀ ਖੈਚੀ ਆ ਮੈਂ ਪਤਾ ਲੈ ਕੇ ਆਈ ਆ ਅਸੀਂ ਤਾਂ ਡੈਡੀ ਜੀ ਮੰਮੀ ਹੋਣਾ ਨਾ ਆਏ ਮੇਰਾ ਦੱਸ ਦੱਸਤੀ ਅਸੀਂ ਤਾਂ ਕੋਈ ਪੜਦਾ ਰੱਖਿਆ ਨਹੀਂ ਉਹ ਮੇਰੀ ਹੋਰ ਹਾਲ ਪਰੀ ਨਹੀਂ ਸੀ ਓਏ ਹੁਣ ਕਿੱਥੋਂ ਲੱਭਾਂਗੇ
ਉਹ ਪਾਪਾ ਐਦਾਂ ਨਾ ਕਰੋ, ਉਹ ਨਾਲੇ ਨਾ ਕੰਮ ਲਾਓ। ਓਏ ਨਾਲੇ ਉਹਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਆ, ਪਤਾ ਨਹੀਂ ਕਿਹੜੇ ਹਾਲਾਤਾਂ ਨੂੰ ਹੋਣੀ ਆ ਯਾਰ। ਕੋਈ ਗੱਲ ਨਹੀਂ, ਹੌਸਲੇ ਨਾਲ ਕੰਮ ਲਾਓ, ਲੱਭ ਲਾਂਗੇ, ਕਿਤੇ ਨਹੀਂ ਗਈ। ਭਾਜੀ ਤੁਸੀਂ ਥਾਣੇ ਰਿਪੋਰਟ ਨਹੀਂ ਦਿੱਤੀ? ਪੁਲਿਸ ਰਿਪੋਰਟ ਨਹੀਂ ਗੌਰਵ, ਸਾਨੂੰ ਤਾਂ ਸੁੱਜਿਆ ਉੜਿਆ ਕੱਖ ਨਹੀਂ। ਨਾਲੇ ਤੁਹਾਨੂੰ ਤਾਂ ਪਤਾ ਆ ਕਿ ਅੱਜ ਕੱਲ੍ਹ ਥਾਣੇ ਜਾਈਏ ਤਾਂ ਅਗਲੇ 20 ਸਵਾਲ ਪੁੱਛਦੇ ਅੱਗੋਂ। ਉਹਨਾਂ ਨੇ ਸਾਡੀ ਇਸ ਗੱਲ ਨੂੰ ਥੋੜ੍ਹੀ ਸਮਝਣਾ ਸੀ, ਉਹਨਾਂ ਨੇ ਤਾਂ ਹੋਰ ਹੀ ਕਹਾਣੀ ਪਾ ਦੇਣੀ ਸੀ ਗਾੜੀਓ। ਉਹਨਾਂ ਨੇ ਤਾਂ ਕਹਿਣਾ ਸੀ ਕਿਤੇ ਨਿਕਲ ਨੁਕਲ ਗਈ ਹੋਣੀ ਆ। ਤੇ ਤੁਹਾਨੂੰ ਤਾਂ ਪਤਾ ਹੀ ਆ ਉਹ ਇੱਜ਼ਤ ਰੋਲ ਦਿੰਦੇ ਆ ਥਾਣਿਆਂ ਵਾਲੇ। ਅਸੀਂ ਤਾਂ ਸੋਚਿਆ ਕਿਤੇ ਇੱਧਰ ਨੂੰ ਨਾ ਆਈ ਹੋਵੇ, ਤਾਂ ਕਰਕੇ ਅਸੀਂ ਇੱਧਰ ਨੂੰ ਆ ਗਏ ਆ। ਪੁਲਿਸ ਵੱਲ ਨੂੰ ਤਾਂ ਅਸੀਂ ਗਏ ਹੀ ਨੀ। ਮੈਨੂੰ ਕੋ ਹੋ ਜਾਣਾ ਜੇ ਮੇਰੇ ਕਲੇਜੇ ਨੂੰ ਧੂ ਪੈ। ਕੋਈ ਗੱਲ ਨੀ, ਪੁਲਿਸ ਰਿਪੋਰਟ ਕਰਾ ਦਿੰਦੇ ਆ ਫਿਰ, ਜੇ ਤੁਸੀਂ ਸਹਿਮਤ ਜੇ ਤੇ ਕਰਵਾ ਦਿੰਦੇ ਆ ਪੁਲਿਸ ਰਿਪੋਰਟ। ਦਿਲੋਂ ਵੀ ਹਾਏ ਪ੍ਰੀਤ ਨੂੰ ਲੱਭ ਲਓ, ਸਾਰੇ ਜਾਣੇ ਖਿੱਲਰ ਪਿੱਲਰ ਜਾਓ, ਜਿੱਥੋਂ ਮਰਜ਼ੀ ਲੱਭ ਕੇ ਲਿਆਓ, ਮੈਨੂੰ ਠੰਡ ਨਹੀਂ ਜੇ ਪੈਣੀ। ਡੈਡੀ ਜੀ ਇੱਧਰ ਆਓ, ਤੁਸੀਂ ਮੇਰੀ ਗੱਲ ਸੁਣੋ। ਡੈਡੀ ਜੀ ਪੁਲਿਸ ਰਿਪੋਰਟ ਵਾਲਾ ਜਿਹੜਾ ਕੰਮ ਹੈ ਨਾ, ਮੈਂ ਕਹਿੰਦਾ ਵੀ ਅਜੇ ਨਾ ਕਰੀਏ। ਨਾਲੇ 24 ਘੰਟਿਆਂ ਤੋਂ ਪਹਿਲਾਂ ਤਾਂ ਪੁਲਿਸ ਰਿਪੋਰਟ ਲਿਖਦੀ ਵੀ ਨਹੀਂ ਹੈਗੀ। ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਉਹਨੂੰ ਲੱਭਣ ਦੀ। ਮੈਂ ਤਾਂ ਮੰਮੀ ਉੱਧਰ ਫਿਰਦੇ ਹਾਂ, ਹੋਰ ਜਿੰਨਾ ਸਾਡੇ ਕੋਲ ਅੱਜ ਫਿਰਿਆ ਜਾਂਦਾ ਵਾ। ਅਤੇ ਗੌਰਵ ਤੁਸੀਂ ਇੱਧਰ ਆਪਣੇ ਰਿਸ਼ਤੇਦਾਰਾਂ ਦੇ ਇੱਧਰ ਸਾਰੇ ਫਿਰੋ, ਇੱਧਰ ਨਾ ਕਿਤੇ ਗਈ ਹੋਵੇ। ਬਾਕੀ ਚਲੋ ਅਰਦਾਸ ਇਹੋ ਕਰੀਏ ਕਿ ਲੱਭ ਜਾਵੇ ਉਹ ਸਾਨੂੰ, ਅਤੇ ਨਾ ਅੱਜ ਪੁਲਿਸ ਵੱਲ ਜਾਈਏ। ਬਾਕੀ ਜੇ ਨਾ ਕਿਸੇ ਬੰਨੇ ਗੱਲ ਬਣਦੀ ਦਿਖੂਗੀ ਫਿਰ ਤਾਂ ਪੁਲਿਸ ਕੋਲ ਜਾਣਾ ਹੀ ਪੈਣਾ ਆ। ਪਾਪਾ ਭਾਜੀ ਦੀ ਗੱਲ ਵੀ ਠੀਕ ਆ, ਆਪਾਂ ਪਹਿਲਾਂ ਆਪ ਹੀ ਵੇਖੀਏ। ਤੇ ਪੁੱਤ ਇੱਦਾਂ ਕਰ, ਆਪਣੇ ਜੋ ਯਾਰ ਮਿੱਤਰ ਨੇ ਨਾ ਦੋ ਤਿੰਨ ਜਿੰਨੇ ਵੀ ਤੇਰੇ ਹੈਗੇ ਆ ਸਾਰਿਆਂ ਨੂੰ ਕੱਢ, ਅਤੇ ਜਿੰਨੀ ਲਾਗੇ ਲਾਗੇ ਰਿਸ਼ਤੇਦਾਰੀ ਫੋਨ ਘੁਮਾਓ ਪਹਿਲਾਂ ਤਾਂ, ਠੀਕ ਹੈ? ਉਹ ਜ਼ਰੂਰ ਕਿਸੇ ਰਿਸ਼ਤੇਦਾਰੀ 'ਚ ਇੱਧਰ ਉੱਧਰ ਗਈ ਹੋਣੀ, ਵੇਖ ਲਵਾਂਗੇ, ਅਤੇ ਮੈਂ ਅਤੇ ਤੇਰੀ ਮੰਮੀ ਵੀ ਨਿਕਲਦੇ ਹਾਂ ਕਿਸੇ ਬੰਨੇ। ਆਹੋ ਕੋਈ ਨਹੀਂ ਪਾਪਾ, ਮੈਂ ਕਰਦਾ। ਠੀਕ ਹੈ ਵਿੱਕੀ, ਮੈਂ ਤੇਰੀ ਗੱਲ ਨਾਲ ਸਹਿਮਤ ਹਾਂ, ਪਰ ਜੇ ਸਾਨੂੰ ਸ਼ਾਮਾਂ ਤੱਕ ਨਹੀਂ ਮਿਲੀ ਤਾਂ ਅਸੀਂ ਪੁਲਿਸ ਰਿਪੋਰਟ ਕਰਵਾਉਣੀ ਹੀ ਕਰਵਾਉਣੀ ਹੋ। ਨਹੀਂ ਉਹ ਤਾਂ ਫਿਰ ਕਰਵਾਉਣੀ, ਉਹ ਤਾਂ ਫਿਰ ਆਖਰੀ ਹੱਲ ਇਹੋ ਹੀ ਆ ਸਾਡੇ ਕੋਲ। ਚੱਲ ਆ ਜਾਓ ਫਿਰ ਮੰਮੀ, ਚਲੋ ਆ ਜਾਓ ਚੱਲੀਏ, ਵੇਖਦੇ ਹਾਂ ਸ਼ਾਮਾਂ ਤੱਕ ਤੁਰ ਫਿਰ ਕੇ। ਹੁਣ ਇੱਥੇ ਰੋਈ ਗਏ ਤਾਂ ਕੋਈ ਫਾਇਦਾ ਥੋੜ੍ਹੀ ਹੈਗਾ ਇੱਦਾਂ ਰੋਣ ਦਾ, ਹੁਣ ਲੱਭਣਾ ਤਾਂ ਹੈਗਾ ਹੀ ਆ ਨਾ ਉਹਨੂੰ। ਚਲੋ ਭੈਣ ਜੀ ਫਿਰ ਹੌਸਲਾ ਰੱਖੋ, ਤੁਸੀਂ ਵੀ ਕੋਸ਼ਿਸ਼ ਪੂਰੀ ਕਰੋ, ਅਤੇ ਅਸੀਂ ਵੀ ਕਰਨੇ ਹਾਂ, ਹੋਰ ਕੀ ਕਰਨਾ। ਜਦੋਂ ਕੋਈ ਪਤਾ ਲੱਗ ਜੂ ਸਾਨੂੰ ਦੱਸ ਜ਼ਰੂਰ ਦਿਓ। ਕੋਈ ਨਹੀਂ ਦੱਸ ਦਾਂਗੇ। ਚੰਗਾ ਫਿਰ ਡੈਡੀ। ਪਾਪਾ ਆਪਾਂ ਵੀ ਹੁਣ ਟਾਈਮ ਵੇਸਟ ਨਾ ਕਰੀਏ, ਆਪਾਂ ਵੀ ਚੱਲੀਏ ਅਤੇ ਹੱਥ ਪੱਲਾ ਮਾਰੀਏ, ਲੱਭ ਜਾਣਾ ਦੀਦੀ ਨੇ, ਤੁਸੀਂ ਟੈਨਸ਼ਨ ਨਾ ਲਓ।
ਤੂੰ ਮੋਟਰਸਾਈਕਲ ਕੱਢ, ਮੈਂ ਤੇਰੀ ਮਾਂ ਨਾਲ ਗੱਲ ਕਰ ਲਾਂ। ਤੂੰ ਗੱਲ ਸੁਣ, ਹੁਣ ਰੋਂਦੀ ਧੋਂਦੀ ਨਾ ਰਹਿ ਇੱਥੇ, ਤੂੰ ਇੱਦਾਂ ਕਰ ਉਹ ਜਿਹੜੀਆਂ ਚੂੜੀਆਂ ਚੜ੍ਹਾਉਣ ਕੁੜੀਆਂ ਆਉਣੀਆਂ ਇਹਦੀਆਂ ਸਹੇਲੀਆਂ, ਉਹਨਾਂ ਨੂੰ ਮਨਾ ਕਰ ਦੇ, ਕਹਿ ਸਾਨੂੰ ਕੋਈ ਐਮਰਜੈਂਸੀ ਕੰਮ ਪੈ ਗਿਆ ਵਾ, ਅੱਜ ਨਹੀਂ ਅਸੀਂ ਚੜ੍ਹਾਉਣੀਆਂ। ਜਾ ਮੇਰੀ ਧੀ ਲਾ ਦੇ ਫੋਨ, ਮਿਲਾ ਦਿੰਦੀ ਹਾਂ। ਤੁਸੀਂ ਰੋਣਾ ਨਹੀਂ ਹੁਣ, ਠੀਕ ਹੈ? ਨਹੀਂ ਰੋਂਦੀ, ਮੈਂ ਲੈਣੀ ਆ ਫੋਨ। ਹਾਏ ਪ੍ਰੀਤ, ਹਾਏ ਮੇਰੀ ਧੀ ਕਿੱਥੇ ਹੋਊਗੀ?